ਹੈਲੋ ਸਤਿ ਆਲਿਕੁਮ ਵੈਲਕਮ ਬੈਕ ਟੂ ਮਾਈ ਚੈਨਲ ਬੜੀ ਰਿਕਵੈਸਟ ਆ ਰਹੀ ਸੀ ਕਿ ਜੀ ਤੁਸੀਂ ਪੰਜਾਬੀ ਦੇ ਵਿੱਚ ਕੁਝ ਪਰੋ ਪੰਜਾਬੀ ਦੇ ਵਿੱਚ ਪਰੋ ਮੈਂ ਕਿਹਾ ਚਲੋ ਜੀ ਪੰਜਾਬੀ ਸਾਡੀ ਜ਼ੁਬਾਨ ਹੈ ਪੰਜਾਬੀ ਨਾਲ ਪਿਆਰ ਹੈ ਤੇ ਪੰਜਾਬੀ ਦੇ ਵਿੱਚ ਪਰਨ ਚ ਸਾਨੂੰ ਕੀ ਮੌਤ ਪੈਂਦੀ ਹੈ ਚਲੋ ਜੀ ਸ਼ੁਰੂ ਕਰਨੇ ਆ ਅੱਜ ਦੀ ਰੈਸਪੀ ਸ਼ੁਰੂ ਕੀਤਾ ਜੀ ਮੈਂ ਪਤੀਲਾ ਤਰ ਲਿਆ ਚੁੱਲੇ ਦੇ ਉੱਤੇ ਉੱਤੇ ਮੈਂ ਪਾਏ ਨੇ ਤੇਲ ਉਦੋਂ ਉੱਤੇ ਮੈਂ ਸੁਟ ਛੜੇ ਜੇ ਪਿਆਜ਼ ਇਹਨਾਂ ਸਾਰਿਆਂ ਨੂੰ ਨੱਚੀ ਤਰ੍ਹਾਂ ਤੁਸੀਂ ਕਰ ਲੋ ਫਰਾਈ ਜਿੰਨੇ ਕੋ ਕਰਨੇ ਨੇ ਕਰ ਲੋ ਤੁਹਾਡੀ ਮਰਜ਼ੀ ਹੈ ਐ ਨਾਲ ਹੀ ਮੈਂ ਸੁਟਣ ਲਗੀ ਜ ਵਿੱਚ ਲੂਣ ਨਮਕ ਵੀ ਕਹਿੰਦੇ ਨੇ ਸਾਲਟ ਵੀ ਕਹਿੰਦੇ ਨੇ ਮੈਂ ਇਹਨੂੰ ਲੂਣ ਕਹਿੰਨੀ ਆ ਕਿਉਂਕਿ ਪੰਜਾਬੀ ਚ ਤਾਂ ਲੂਣ ਹੀ ਕਹਿੰਦੇ ਨਾ ਲੂਣ ਤੇ ਮੱਚ ਇਹ ਜੀ ਪਿਆਜ਼ ਸੰਕਰ ਦਿੱਤਾ ਫਰਾਈ ਇਹਨੂੰ ਅਸਾਂ ਕਰਨਾ ਸੀ ਬ੍ਰਾਊਨ ਜਦੋਂ ਇਹ ਹੋਈਗਾ ਬ੍ਰਾਊਨ ਉਦੋਂ ਵਿੱਚ ਪਾਵਾਂਗੇ ਜੀ ਅਸੀਂ ਗਰਮ ਮਸਾਲਾ ਕਰਮ ਕਰਮ ਮਸਾਲਾ ਮਤਲਬ ਗਰਮ ਹੈ ਨਾ ਹੀ ਗਰਮ ਹੈ ਉਹਨ ਗਰਮ ਹੀ ਆਖ ਨਾ ਗਰਮ ਤੇ ਹੋਇਆ ਨਹੀਂ ਗਰਮ ਤੇ ਵਿੱਚ ਪੈ ਕੇ ਹੋਏਗਾ ਨਾਲ ਸੁੱਟੇ ਨੇ ਟਮਾਟਰ ਨਾਲ ਹੀ ਸੁੱਟਾਂਗੇ ਅਦਰਕ ਅਦਰਕ ਜ਼ਰਾ ਜ਼ਿਆਦਾ ਪਕਾ ਪਾਈ ਦਾ ਵਿੱਚ ਆਲੂ ਮਟਰਾਂ ਜੇ ਨਾ ਜ਼ਰਾ ਅੱਛੀ ਜੀ ਸਮੈਲ ਆਉਂਦੀ ਐ ਜੇ ਹੁਣ ਪਾਣੀ ਪਾਇਆ ਜੇ ਅੱਛੀ ਤਰ੍ਹਾਂ ਇਹਨੂੰ ਅਸਾਂ ਪੋਨ ਲੈਣਾ ਐ ਐ ਹਰੀ ਮਰਚ ਸੁੱਟੀ ਅਸਾਂ ਇੱਕ ਕੱਟੀ ਸੀ ਪਹਿਲਾਂ ਮੈਂ ਚੂਰੀ ਦੇ ਨਾਲ ਐ ਜੀ ਲਾਲ ਮਰਚ ਪਾਊਡਰ ਇਹ ਪਾ ਕੇ ਤੈਨੂੰ अच्छी तरह मिक्स ਕਰੋ ਤੇ ਨਾਲ-ਨਾਲ ਭੁੰਨੀ ਜਾਓ ਇਹ ਬਸ ਪਨ ਪਨ ਕੇ ਹੰਡੀ ਪਕਣੀ ਏ ਅੱਜ ਆ ਵੇ ਲੈਨੇ ਅੱਜ ਪਨ ਪਨ ਕੇ ਪਕਦੀ ਏ ਕਿ ਪਨ ਪਨ ਕੇ ਪਕਦੇ ਨੇ ਚੌਲ ਐ ਵਿੱਚ ਜੀ ਇੱਕ ਥੋਮ ਦੀ ਤੁਰੀ ਗਏ اندر ਐ ਜ਼ਰਾ ਫਨੀ ਵਲਾਗ ਹੋਏਗਾ ਫਨੀ ਕੁਕਿੰਗ ਹੋਏਗੀ ਤੇ ਫਨਸ਼ਨ ਹੋਏਗਾ ਵਿੱਚ ਸੁੱਟੀ ਥੋੜੀ ਜੀ ਕਾਲੀ ਮਰਚ ਮਰਚਾਂ ਜਿੰਨੀ ਮਰਜ਼ੀ ਪਾ ਲਓ ਤੇ ਮਰਚਾਂ ਪਾਓਗੇ ਤੇ ਖਾਓਗੇ ਹਾਂਡੀ ਤੇ ਕਿਥੇ ਨੀਰੇ ਚੌਲ ਲੰਘਦੇ ਜੇ ਐ ਹੁਣ ਸੁੱਟਾਂਗੇ ਜੀ ਮਟਰ ਐ ਹਰੇ-ਹਰੇ ਮਟਰ ਪਾਏ ਨੇ ਵਿੱਚ ਸਾਂ ਅੱਛੀ ਤਰ੍ਹਾਂ ਇਹਨੂੰ ਅਸੀਂ ਮਿਕਸ ਕਰ ਲੈਣਾ ਫੇਰ ਅਸੀਂ ਸੁਟਾਂਗੇ ਜੀ ਇਹਨਾਂ ਨੂੰ ਪੰਨ ਪੰਨ ਲਾਾਂਗੇ ਤੇ ਫੇਰ ਸੁਟਾਂਗੇ ਜੀ ਆਲੂ ਆਲੂ ਦੋ ਤਿੰਨ ਲੈ ਆਣ ਮੈਂ ਕੱਟ ਵੱਢ ਕੇ ਤੇ ਰੱਖ ਲੈਣ ਪਹਿਲਾਂ ਹੀ ਹੁਣ ਨਾਲ ਇਹਨੂੰ ਭੁੰਨਾਂਗੇ ਭਨਾਈ ਕਰਨੀ ਜਿੰਨੀ ਵੀ ਹੋ ਸਕੇ ਤੁਹਾਡੇ ਕੋਲ ਕਰ ਲੋ ਪੰਨ ਪੰਨ ਕੇ ਇਹਦੇ ਚ ਸੁਟਣਾ ਐ ਸਭ ਪਾਣੀ ਇਹ ਪਾਣੀ ਮੈਂ ਇੱਥੇ ਤੁਹਾਨੂੰ ਟਿਪ ਦੱਸਣੀ ਹੈ ਕਿ ਤੁਹਾਡੇ ਕੋਲ ਅਗਰ ਇੱਕ ਪਿਆਲਾ ਚੋਲਾ ਦਾ ਤੇ ਦੋ ਪਿਆਲੇ ਪਾਣੀ ਦੇ ਸੁੱਟਣੇ ਨੇ ਤੁਸੀਂ ਆਈਏ ਤਾਂ ਜਿੱਪਣਾਈ ਜਾ ਰਹੀ ਹੈ ਪਾਣੀ ਸੁੱਟ ਲਾਂਗੇ ਜਦੋਂ ਪਾਣੀ ਦੀ ਵਾਰੀ ਆਏਗੀ ਪਾਣੀ ਕਿਹੜਾ ਅਸਾਂ ਦੇਖ ਚ ਸੁੱਟਣਾ ਪਤੀਲੀ ਚ ਸੁੱਟਣਾ ਨਾ ਐਲੋ ਜਿੱਪਣਾਈ ਨਹੀਂ ਜੇ ਮੁੱਕਦੀ ਪਈ ਸਾਡੀ ਪਣਾਈ ਕਰ ਕਰਕੇ ਪਣਾਈ ਕਰਨੇ ਆ ਬੈਸੀ ਪੁਨ ਪੁਨ ਕੀ ਹੰਡੀ ਪਕਾਰ ਹੈ ਅੱਜ ਹਲੋ ਜੀ ਆਗੇ ਜੇ ਪਾਣੀ ਦੀ ਵਾਰੀ ਇਹ ਪਹਿਲਾ ਇੱਕ ਚੋਲਾ ਦਾ ਹਜੇ ਤੇ ਦੋ ਪਿਆਲੇ ਪਾਣੀ ਪਾਨਾ ਤੇ ਜੇ ਜੇ ਤੁਸੀਂ ਚੋਲ ਪਿਓਏ ਨੇ ਨਾ ਕੋਈ ਤਕਰੀਬਨ ਅੱਧੇ ਘੰਟੇ ਤੋਂ ਤੇ ਫਿਰ ਇੰਨਾ ਜੇ ਕੋਈ ਦੋ ਘੰਟੇ ਤੋਂ ਤਾਂ ਫਿਰ ਦੂਸਰਾ ਪਾਣੀ ਜਿਹੜਾ ਪਾਣਾ ਨਾ ਪਿਆਲੇ ਨਾਲ ਉਹ ਤੇ ਪਿਆਲੇ ਤੋਂ ਥੋੜਾ ਜਿਹਾ ਇੱਕ ਕੁਆਟਰ ਕੱਟ ਪਾ ਲਿਆ ਜੀ ਉੱਤੇ ਦੇ ਦੋ ਟੱਕਣ ਤੇ ਵਿੱਚ ਚੈੱਕ ਕਰਦੇ ਰਹੋ ਜਦੋਂ ਆਈਏਗਾ ਬਾਲਾ ਆਲੂ ਤੇ ਮਟਰਾਂ ਨੂੰ ਨਾ ਆ ਗਿਆ ਜੀ ਹੁਣ ਚੌਲ ਸੁੱਟਣ ਦਾ ਆ ਗਿਆ ਟਾਈਮ ਚੌਲਾਂ ਤੋਂ ਸਾਰਾ ਪਾਣੀ ਲਾ ਲਿਆ ਸੀ ਮੈਂ ਹੁਣ ਚਮਚ ਦੇ ਨਾਲ ਮੈਂ ਪਾ ਰਹੀ ਹਾਂ ਵੀਡੀਓ ਵਿੱਚ ਚਮਚ ਨਾਲ ਹੀ ਪਾਣੇ ਨੇ ਤੇ ਮੈਂ ਤੇ ਹੱਥ ਨਾਲ ਹੀ ਸੁੱਟ ਦਿੰਦੀ ਜੇ ਜਰਾ ਤੁਹਾਨੂੰ ਵਾਂਲੇ ਕੀਤਾ ਕੋਈ ਸਪੈਸ਼ਲ ਕੰਮ ਹਾਂਜੀ ਇਹ ਸਾਰੇ ਜੀ ਚੌਲ ਸੁੱਟ ਲਾਂਗੇ ਇਨਨਾਂ ਨੂੰ ਸੀ ਕਰਾਂਗੇ ਅੱਛੀ ਤਰ੍ਹਾਂ ਮਿਕਸ ਤੇ ਇੱਥੇ ਹੀ ਤੁਸੀਂ ਪੁਆਇੰਟ ਤੇ ਵੇਖ ਲਓ ਜੇ ਤੁਹਾਡਾ ਲੂਣ ਘੱਟ ਹੈ ਤੇ ਚੈੱਕ ਕਰਕੇ ਹੁਣ ਤੁਸੀਂ ਪਾ ਸਕਦੇ ਹੋ ਫੇਰ ਨਹੀਂ ਜੇ ਚੋਲਾ ਚ ਲੂਣ ਰਲਦਾ ਲੋ ਜੀ ਇਹ ਵਿੱਚੋਂ ਮੈਂ ਚੈੱਕ ਕਰਨ ਲੱਗੀ ਹਾਂ ਫੇਰ ਧਕੰਦੀ ਤਾਈ ਤੇ ਵਿੱਚੋਂ ਚੈੱਕ ਕੀਤਾ ਅਜੇ ਹੁਣ ਇਹਨਾਂ ਨੂੰ ਦਮ ਲੱਗੇਗਾ ਦਮ ਪੁਖਤ ਦਮ ਹੱਤ ਪੁਖਤ ਦਮ ਲਾਣਾ ਇਹਨਾਂ ਨੂੰ ਤੇ ਇਹਨਾਂ ਅਗਲੇ 2-3 ਮਿੰਟਾਂ ਦੇ ਵਿੱਚ ਤਿਆਰ ਹੋ ਕੇ ਉਹ ਪੈਜ ਸਾਰੇ ਬਾਲ ਇਕੱਠੇ ਕਰਿਓ ਜੇ ਫਿਰ ਚਾਰੇ ਟੱਬਰ ਇਕੱਠਕ ਦੇਓ ਜੇ ਉਹਨਾਂ ਨੂੰ ਬੋਕ ਬੈਜੋ ਟੇਬਲ ਤੇ ਚਾਵਲ ਆਲੂ ਮਟਰ ਆਲੇ ਆ ਰਹਾ ਜੇ ਤੇ ਚਾਵਲ ਜਦੋਂ ਆਲੂ ਮਟਰ ਆਲੇ ਆਈ ਉਹਨਾਂ ਦੇ ਤਾਂ ਟੁੱਟ ਕੇ ਪੈ ਗਏ ਨਾ ਤੂੰ ਅਹ ਦੀ ਮੇ ਕੋਲਿਆ ਜੇ ਟੱਕਨ ਤੇ ਚੋਲਾ ਦੀ ਖੁਸ਼ਬੂ ਜਿਹੜੀ ਨਾ ਸਾਰਾ ਮੱਲਾ ਇਕੱਠਾ ਕਰਦਾ ਪਿਆ ਚੋਲ ਜਿਹੜੇ ਨਾ ਆਪਣੀ ਖੁਸ਼ਬੂ ਨਾਲ ਮੱਲੇ ਨੂੰ ਇਕੱਠਾ ਕਰਦੇ ਨੇ ਪੈ ਮੱਲਾ ਪਿਆ ਇਕੱਠਾ ਹੋਏ ਖਾਣੇ ਤੇ ਸਹੀ ਨੇ ਨਾ ਐਵ ਕੋਈ ਇਹ ਆ ਗਈ ਜੀ ਫਾਈਨਲ ਲੁੱਕ ਇਹਨੂੰ ਖਾਓ ਤੁਸੀਂ ਰਾਜਤੇ ਨਾਲ ਇਹਨੂੰ ਖਾਓ ਤੁਸੀਂ ਅਚਾਰ ਨਾਲ ਤੁਹਾਡੀ ਮਰਜ਼ੀ ਹੈ ਜਿਹਦੇ ਨਾਲ ਮਰਜ਼ੀ ਖਾਓ ਵੀਡੀਓ ਜੇ ਚੰਗੀ ਲੱਗੀ ਤੇ ਆਪਣੇ ਫਰੈਂਡਸ ਤੇ ਫੈਮਿਲੀ ਨਾਲ ਜ਼ਰੂਰ ਸ਼ੇਅਰ ਕਰਿਓ ਜੇ ਤੇ ਸਬਸਕ੍ਰਾਈਬ ਵੀ ਕਰਿਓ ਜੇ